ਹੁਸ਼ਿਆਰਪੁਰ 'ਚ ਕੁਝ ਸਮੇਂ ਤੱਕ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 27 'ਚ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਮੀਟਿੰਗ ਮੈਡਮ ਦਵਿੰਦਰ ਕੌਰ ਮਾਨ ਦੇ ਹੱਕ 'ਚ ਕੀਤੀ ਗਈ, ਜਿਸ ਵਿੱਚ 600 ਤੋਂ ਵੱਧ ਵਾਰਡ ਵਾਸੀਆਂ ਨੇ ਭਾਗ ਲਿਆ ਅਤੇ ਮੀਟਿੰਗ 'ਚ ਵਾਰਡ ਵਾਸੀਆਂ ਵੱਲੋਂ ਦਿਖਾਏ ਗਏ ਹੁੰਗਾਰੇ ਨਾਲ ਇਹ ਮੀਟਿੰਗ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਡਾਕਟਰ PS ਮਾਨ ਨੇ ਦੱਸਿਆ ਕਿ ਵਾਰਡ ਵਾਸੀਆਂ ਦੀ ਮੰਗ 'ਤੇ ਹੀ ਉਹਨਾਂ ਵੱਲੋਂ ਆਪਣੀ ਧਰਮ ਪਤਨੀ ਦਵਿੰਦਰ ਕੌਰ ਮਾਨ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਅਤੇ ਉਹ ਕਿਸੇ ਵੀ ਪਾਰਟੀ ਵੱਲੋਂ ਨਹੀਂ ਬਲਕਿ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜਨਗੇ। ਉਹਨਾਂ ਦੱਸਿਆ ਕਿ ਵਾਰਡ ਨੰਬਰ 27 'ਚ ਪਿਛਲੇ ਕਰੀਬ 3 ਸਾਲ ਤੋਂ ਕੌਂਸਲਰ ਨਾ ਹੋਣ ਕਾਰਨ ਇਹ ਵਾਰਡ ਲਵਾਰਸ ਪਿਆ ਹੋਇਆ ਅਤੇ ਲਵਾਰਸ ਹੋਣ ਕਾਰਨ ਵਿਕਾਸ ਪੱਖੋਂ ਵੀ ਇਹ ਵਾਰਡ ਬਹੁਤ ਜ਼ਿਆਦਾ ਪਛੜ ਚੁੱਕਿਆ। ਮੰਤਰੀ ਜਿੰਪਾ ਵੱਲੋਂ ਵਾਰਡ 'ਚ 2.5 ਲੱਖ ਰੁਪਏ ਦੀ ਗਲੀ ਦੇ ਕੀਤੇ ਉਦਘਾਟਨ 'ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਮੰਤਰੀ ਜਿੰਪਾ ਨੂੰ ਆਪਣੇ ਅਹੁਦੇ ਮੁਤਾਬਕ ਅਜਿਹੇ ਛੋਟੇ ਛੋਟੇ ਕੰਮ ਸ਼ੋਭਾ ਨਹੀਂ ਦਿੰਦੇ ਅਤੇ ਜੇਕਰ ਉਹ ਸੱਚਮੁੱਚ ਵਾਰਡ ਦੇ ਹਮਦਰਦੀ ਨੇ ਤਾਂ ਵਾਰਡ ਲਈ ਕੁਝ ਵੱਡਾ ਕਰਨ ਜਿਸ ਤੋਂ ਵਾਰਡ ਵਾਸੀ ਵੀ ਖੁਸ਼ ਹੋਣ। ਡਾਕਟਰ PS ਮਾਨ ਨੇ ਕਿਹਾ ਕਿ ਪਿਛਲੇ 1.5 ਸਾਲ ਦੇ ਕਾਰਜਕਾਲ ਦੌਰਾਨ ਉਹਨਾਂ ਦੀ ਸੁਸਾਇਟੀ ਵੱਡੇ ਪੱਧਰ 'ਤੇ ਵਾਰਡ 'ਚ ਕੰਮ ਕਰ ਚੁੱਕੀ ਹੈ ਅਤੇ ਵਾਰਡ 'ਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਵੀ ਉਹ ਯਤਨ ਕਰਦੇ ਰਹਿੰਦੇ ਨੇ। ਇਸ ਦੌਰਾਨ ਵਾਰਡ ਵਾਸੀਆਂ ਵੱਲੋਂ ਮੈਡਮ ਦਵਿੰਦਰ ਕੌਰ ਮਾਨ ਨੂੰ ਜ਼ਿਮਨੀ ਚੋਣ 'ਚ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਵਾਰਡ ਨੰਬਰ 27 ਤੋਂ ਉਹ ਦਵਿੰਦਰ ਕੌਰ ਮਾਨ ਨੂੰ ਇੱਕ ਤਰਫਾ ਜਿੱਤ ਦਵਾਉਣਗੇ। ਹੁਸ਼ਿਆਰਪੁਰ ਲਈ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਡਾਕਟਰ ਸਾਹਿਬ, ਅੱਜ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਵਾਰਡ ਦੇ ਵਿੱਚ ਪਹਿਲੀ ਮੀਟਿੰਗ ਕੀਤੀ ਗਈ ਹੈ, ਏਜੰਡਾ ਕੀ ਹੈ ਚੋਣਾਂ ਲੜਨ ਦਾ ਕੀ ਆਪਣਾ ਜੀ? ਵਾਰਡ ਨੰਬਰ 27 ਦੇ ਵਿੱਚ ਜੋ ਇਲੈਕਸ਼ਨ ਆ ਰਹੀ ਹੈ ਉਹਦੇ ਵਾਸਤੇ ਅੱਜ ਸਾਰੇ ਵਾਰਡ ਦੀ ਮੀਟਿੰਗ ਕੀਤੀ ਗਈ। ਵਾਰਡ ਵਾਸੀਆਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ। ਵਾਰਡ ਦੇ ਵਿੱਚ ਜੋ ਇਲੈਕਸ਼ਨ ਲੜਨ ਦਾ ਏਜੰਡਾ ਆ, ਇਸ ਵਾਰਡ ਦੇ ਵਿੱਚ ਇਹ ਜਿਹੜਾ ਵਾਰਡ ਹੈ ਲਵਾਰਸ ਵਾਰਡ ਸੀਗਾ, MC ਦੀ ਡੈਥ ਹੋ ਚੁੱਕੀ ਹੈ ਅਤੇ ਉਹ ਜਿਹੜਾ ਵਾਰਡ ਹੈ ਉਹਦੇ ਵਿੱਚ ਜਿਹੜਾ ਡਿਵੈਲਪਮੈਂਟ ਹੈ ਇੱਕ ਨਾਂ ਦੀ ਬਰਾਬਰ ਹੈ। ਸਿਰਫ ਉਹਨੂੰ ਜਿਸ ਤਰ੍ਹਾਂ ਕੋਈ ਤਿਉਹਾਰ ਆਉਂਦਾ ਹੈ ਨਾ, ਇੱਕ ਰੰਗ ਰੋਗਨ ਦੀ ਤਰ੍ਹਾਂ ਕੀਤਾ ਜਾ ਰਿਹਾ ਅਤੇ ਉਹਨੂੰ ਅਸੀਂ ਸਿਰਫ ਇਹ ਲੋਕਾਂ ਨੂੰ ਪਬਲਿਕ ਨੂੰ ਦਿਖਾਉਣ ਵਾਸਤੇ ਅੱਜ ਉਹ ਇਸ ਮੀਟਿੰਗ ਦੇ ਵਿੱਚ ਵਿਚਾਰਾਂ ਵੀ ਹੋਈਆਂ ਕਿ ਅਸੀਂ ਵਾਰਡ ਦੇ ਵਿੱਚ ਅਸੀਂ ਕੀ ਕਰਾਂਗੇ। ਇਹ ਜੋ ਵਾਰਡ ਹੈ ਇਹਦੇ ਵਿੱਚ ਜਿਹੜੀ ਇਲੈਕਸ਼ਨ ਆ 3 ਸੱਸਿਆਂ ਦੇ ਆਧਾਰ 'ਤੇ ਲੜੀ ਜਾਊਗੀ। ਪਹਿਲਾ ਸੱਸਾ ਕੀ ਆ? ਸਿਹਤ, ਅਤੇ ਸਿਹਤ ਦੇ ਪ੍ਰਤੀ ਜੋ ਸਵਾਦਾ ਭਲਾ ਵੈਲਫੇਅਰ ਸੁਸਾਇਟੀ ਵੱਲੋਂ ਐਂਬੂਲੈਂਸ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਅਸੀਂ ਇਹਦੇ ਵਿੱਚ ਇੱਕ ਡਿਸਪੈਂਸਰੀ ਖੋਲ੍ਹਾਂਗੇ ਸੁਸਾਇਟੀ ਵੱਲੋਂ, ਉਹਦੇ ਵਿੱਚ ਡਾਕਟਰ ਸਾਹਿਬ ਨੂੰ ਅਪੁਆਇੰਟ ਕਰਕੇ ਅਤੇ ਵਾਰਡ ਵਾਸੀਆਂ ਦੀ ਸੁਵਿਧਾ ਵਾਸਤੇ ਆਪਾਂ ਬਹੁਤ ਹੀ ਘੱਟ ਰੇਟ 'ਤੇ ਇੱਕ ਫਰੀ ਦੀ ਤਰ੍ਹਾਂ ਵਾਰਡ ਵਾਸੀਆਂ ਨੂੰ ਸਹੂਲਤ ਦੇਵਾਂਗੇ। ਦੂਜਾ ਸੱਸਾ ਹੈ ਸੁੰਦਰਤਾ। ਇਸ ਵਾਰਡ ਦੇ ਵਿੱਚ ਪਹਿਲਾਂ ਬੂਟੇ ਲਗਾਏ ਜਾ ਚੁੱਕੇ ਹਨ, ਟੀ ਗਾਰਡ ਲਗਾਏ ਜਾ ਚੁੱਕੇ ਹਨ ਅਤੇ ਵਾਰਡ ਨੂੰ ਸਾਫ਼ ਸੁਥਰਾ ਰੱਖਣਾ ਅਤੇ ਇਹਨੂੰ ਸਭ ਤੋਂ ਸ਼ਹਿਰ ਤੋਂ ਸਭ ਤੋਂ ਸੋਹਣਾ ਵਾਰਡ ਬਣਾਉਣਾ ਇਹ ਸੁਸਾਇਟੀ ਦਾ ਜਿਹੜਾ ਮੁੱਖ ਕੰਮ ਹੈ। ਇਸ ਨੂੰ ਅਸੀਂ ਸਭ ਤੋਂ ਸੋਹਣਾ ਵਾਰਡ ਬਣਾਵਾਂਗੇ। ਸੁਸਾਇਟੀ ਜਿਹੜੀ ਹੈ ਇਸ ਵੇਲੇ ਇਸ ਵਾਰਡ ਦੇ ਵਿੱਚ ਸੁੰਦਰਤਾ 'ਤੇ ਆਧਾਰਿਤ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ। ਅਤੇ ਜਿਹੜਾ ਤੀਜਾ ਸੱਸਾ ਆ, ਅਸੀਂ ਲੋਕਾਂ ਨੂੰ ਹਰ ਟਾਈਮ ਜੋ ਪਹਿਲਾਂ ਮੈਂ ਦੱਸ ਚੁੱਕਾ ਸਿਹਤ ਦੇ ਪ੍ਰਤੀ ਅਸੀਂ ਕੰਮ ਕਰਦੇ ਹਾਂ ਅਤੇ ਉਹ ਕਰਦੇ ਵੀ ਰਹਾਂਗੇ। ਅਤੇ ਤੀਜਾ ਸੱਸਾ ਹੈ ਸੁਰੱਖਿਆ ਦਾ। ਇਸ ਵਾਰਡ ਦੇ ਵਿੱਚ ਬਹੁਤ ਜ਼ਿਆਦਾ ਚੋਰੀਆਂ, ਕਈ ਸਾਡੀਆਂ ਭੈਣਾਂ ਦੀਆਂ ਚੇਂਦੀਆਂ ਲੱਥੀਆਂ, ਕੋਈ ਵੀ ਸੁਰੱਖਿਆ ਨਹੀਂ। ਉਹਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਅਸੀਂ ਵਾਰਡ ਦੇ ਵਿੱਚ CCTV ਕੈਮਰੇ ਜਿਹੜੇ ਪਹਿਲਾਂ ਤਾਂ ਚਾਰ ਪਾਸੇ ਜਿੱਥੋਂ ਵਾਰਡ ਦੀ ਐਂਟਰੀ ਹੁੰਦੀ ਹੈ ਉੱਥੇ ਇੰਸਟਾਲ ਕਰਾਵਾਂਗੇ। ਇੰਸਟਾਲ ਕਰਾਉਣ ਤੋਂ ਬਾਅਦ ਅਸੀਂ ਅਗਲਾ ਇੱਕ ਹੋਰ ਵੀ ਹੈ, ਉਹ ਬਾਅਦ ਵਿੱਚ ਮੈਂ ਤੁਹਾਨੂੰ ਦੱਸੂਗਾ ਅਸੀਂ ਵਾਰਡ ਵਾਸਤੇ ਕੀ ਕਰ ਰਹੇ ਹਾਂ ਸੁਰੱਖਿਆ ਵਾਸਤੇ। ਡਾਕਟਰ ਸਾਹਿਬ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਵੇਖਦੇ ਹੋ? ਇੱਕ ਮੰਤਰੀ ਆ, ਉਹ ਵਾਰਡ ਦੇ ਵਿੱਚ ਆ ਰਿਹਾ ਸਿਰਫ 2.25 ਲੱਖ ਰੁਪਏ ਦੀ ਗਲੀ ਦਾ ਉਦਘਾਟਨ ਕਰਨ ਲਈ, ਕਿਸ ਤਰ੍ਹਾਂ ਦੀ ਇਹ ਰਾਜਨੀਤੀ ਦੇਖ ਰਹੇ ਹੋ ਤੁਸੀਂ? ਦੇਖੋ ਜੀ, ਸਾਡੇ ਸਤਿਕਾਰਯੋਗ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ, ਜਿਨ੍ਹਾਂ ਨੂੰ ਅਸੀਂ ਮੰਤਰੀ ਬਣਾਇਆ, ਵੋਟਾਂ ਵੀ ਪਾਈਆਂ, ਇਸ ਵਾਰਡ ਵਾਸੀਆਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਸਾਥ ਦਿੱਤਾ। ਪਰ ਜੋ ਮੇਰੀ ਇੱਕ ਸਲਾਹ ਹੈ, ਜੋ ਕੈਬਨਿਟ ਦਾ ਰੈਂਕ ਹੁੰਦਾ ਬਹੁਤ ਵੱਡਾ ਰੈਂਕ ਹੁੰਦਾ,
उहदे मुताबिक ही काम करना चाहिए। आपां एक एक लख दे उद्घाटन करिए, दो दो लख दे उद्घाटन करिए, जिदा पिछे जाए मंडी दी पार्क आ उहदे विच एक लख दा उद्घाटन कीता सीगा, ते कोई चार दवारी होनी सी उत्ते एक लख दा उद्घाटन कीता। ते इत्थे मैं जिम्पा साहब नूं सलाह तां दे दित्ती, मैं नाल एक बेनती भी करूँगा, इस वार्ड विच तुसीं कोई वड्डा प्रोजैक्ट लियाओ, जिस तरह आम आदमी क्लीनिक आ उह होणा चाहीदा है वार्ड दे विच, ते जां कोई प्लेग्राउंड होनी चाहीदी है इत्थे वार्ड वासियां वास्ते, कोई पार्क होना चाहीदा है। जिहड़ा पार्क आ उहदे वास्ते भी मैं क्लैरिफिकेशन कर देवां कि हर बार जो इत्थे इलैक्शन होंदी आ उन कह दिता जांदा इत्थे जगह पई पार्क दी आ पई आ, पहला उहनूं क्लीयर कीता जावे, जे नहीं तां कोई होर जगह लै के उत्थे पार्क बणाई जावे। विनीता शर्मा मैडम दविंदर कौर जी ते पी एस मान जी दी ते जिन्नी लेडीज आ इन्हां दे नाल असीं सारे इन्हां दे नाल बहुत ही तरक्की बहुत कर रहे हैं, साडे लई बहुत कम कीते इन्हां ने, ते इह कम होर भी वध चढ़ के होण, इस वार्ड का सुधार हो पे असं यही चाहते हैं, इन्हों की जित आप पक्की करांगे। किस तरह की कारगुजारी रही है, हुण डेढ़ दो साल करीब का समा हो गया सरबत्त? हाँ जी, इन्होंने काफ़ी काम किए हैं, ईवन घर घर के लोग पानी तो तंग सके, पहली तो सब तो वड्डी समस्या गर्मी पानी आना बंद हो जाता है ना, तो होर भी घर घर जिनी भी समस्या, मैं फस्ट टाइम इदा दे देखे जेडे एक सेवा समझ के करते हैं, पूरे वार्ड से घूमते हैं एंड घर घर जाके बैल करके भी कोई पूछते हैं कि जो थानू कोई तकलीफ है, इन्होंने अपना नंबर दिता होया कि तुसी इस फोन नंबर पर जो कोई समस्या है वार्ड वासियों तो दसी जाए सानू, और इन्होंने बहुत सहायता की है सारे लोगों की, बहुत ही अच्छे काम कर रहे हैं।